ਮਹਾਰਾਜ ਨੇ ਗੋਇੰਦਵਾਲ ਸਾਹਿਬ ਜਿਹੜੀ ਖੱਤਰੀ ਗੋਇੰਦੇ ਖੱਤਰੀ ਦੀ ਜਗ੍ਹਾ ਸੀ ਉੱਥੇ ਨਗਰ ਵਸਾਇਆ ਸ਼੍ਰੀ ਗੋਇੰਦਵਾਲ ਸਾਹਿਬ। ਉੱਥੇ 84 ਪੌੜੀਆਂ ਦੀ ਬੌਲੀ ਲਾਈ ਸਾਧ ਸੰਗਤ। ਉਸ ਜਗ੍ਹਾ ਉੱਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤਕਰੀਬਨ 20 ਵਰੇ ਗੁਰਤਾ ਗੱਦੀ ਉੱਤੇ ਵਿਰਾਜਮਾਨ ਰਹੇ। ਔਰ ਸਾਧ ਸੰਗਤ ਜਿਹਦਾ ਕੋਈ ਮਾਣ ਨਹੀਂ ਸੀ ਉਹਦਾ ਮਾਣ ਗੁਰੂ ਅਮਰਦਾਸ ਮਹਾਰਾਜ ਬਣੇ, ਜਿਹਦਾ ਕੋਈ ਥਾਂ ਨਹੀਂ ਸੀ ਉਹਦੀ ਥਾਂ ਗੁਰੂ ਅਮਰਦਾਸ ਬਣੇ, ਜਿਹਨੂੰ ਦੁਨੀਆ ਵਿੱਚ ਸਾਧ ਸੰਗਤ ਕੋਈ ਆਸਰਾ ਨਹੀਂ ਸੀ ਉਹਦਾ ਆਸਰਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਬਣੇ। ਇਤਿਹਾਸ ਸੁਣਿਓ, ਉੱਥੇ ਸਾਧ ਸੰਗਤ ਲਿਖਿਆ ਹੋਇਆ, ਇਤਿਹਾਸਕਾਰਾਂ ਜ਼ਿਕਰ ਕੀਤਾ, ਇੱਕ ਮਾਈ ਦਾ ਜਵਾਨ ਪੁੱਤਰ ਗੁਜ਼ਰ ਗਿਆ, ਅੰਮ੍ਰਿਤ ਵੇਲੇ ਧਾਹਾਂ ਮਾਰ ਰਹੀ ਸੀ, ਸਤਿਗੁਰਾਂ ਦੇ ਕੰਨਾਂ ਆਵਾਜ਼ ਪਈ, ਸੇਵਕ ਨੂੰ ਸੱਦ ਕੇ ਕਿਹਾ ਇੰਨੀ ਸਵਖਤ ਰੱਬ ਦਾ ਨਾਮ ਜਪਣ ਦਾ ਵਕਤ ਹੈ, ਇਹ ਕੀਰਨੇ ਪਾ ਕੇ ਕੌਣ ਰੋ ਰਿਹਾ। ਉਹਨੇ ਆ ਕੇ ਖਬਰ ਦਿੱਤੀ, ਮਹਾਰਾਜ ਮਾਈ ਦਾ ਇੱਕੋ ਇੱਕ ਇਕਲੌਤਾ ਪੁੱਤਰ ਸੀ, ਜਵਾਨ ਪੁੱਤ ਗੁਜ਼ਰ ਗਿਆ, ਉਹਦਾ ਕੋਈ ਸਹਾਰਾ ਆਸਰਾ ਨਹੀਂ ਰਿਹਾ ਮਹਾਰਾਜ, ਇਸ ਲਈ ਉਹ ਧਾਹਾਂ ਮਾਰ ਮਾਰ ਕੇ ਕੀਰਨੇ ਪਾਉਂਦੀ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸਾਧ ਸੰਗਤ ਕੈਸੇ ਦਇਆ ਦੇ ਪੁੰਜ ਨੇ, ਦਇਆ ਨਿੱਧ ਦਇਆ ਦੇ ਖਜ਼ਾਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਅੰਦਰ ਇੰਨੀ ਦਇਆ ਆਈ। ਹਜ਼ੂਰ ਨੇ ਬਚਨ ਕਹੇ, ਜਿੰਨੀ ਦੇਰ ਅਸੀਂ ਸਰੀਰ ਵਿੱਚ ਜਿਉਂਦੇ ਹਾਂ ਸਾਡੇ ਰਹਿੰਦਿਆਂ ਰਹਿੰਦਿਆਂ ਕਿਸੇ ਮਾਈ ਦਾ ਜਵਾਨ ਪੁੱਤ ਨਹੀਂ ਗੁਜ਼ਰੇਗਾ। ਰੱਬ ਨਾਲ ਸਿੱਧੀ ਗੱਲ ਕਰਕੇ ਕਿਹਾ, ਇਹ ਅਕਾਲ ਪੁਰਖ ਜਿੰਨੀ ਦੇਰ ਅਸੀਂ ਸਰੀਰ ਵਿੱਚ ਹਾਂ ਸਰੀਰ ਵਿੱਚ ਰਹਿੰਦੇ ਹਾਂ ਸਾਡੇ ਸਾਹਮਣੇ ਕਿਸੇ ਮਾਈ ਦਾ ਜਵਾਨ ਪੁੱਤ ਨਾ ਗੁਜ਼ਰੇ। ਸਾਧ ਸੰਗਤ ਪਰਤ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਜਿੰਨੀ ਦੇਰ ਸਰੀਰ ਵਿੱਚ ਪਾਤਸ਼ਾਹ ਰਹੇ ਸਾਧ ਸੰਗਤ ਕਿਸੇ ਮਾਈ ਦਾ ਜਵਾਨ ਪੁੱਤ ਨਹੀਂ ਗੁਜ਼ਰਿਆ।